ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਗੱਲ ਕਰਨ ਲੱਗਿਆ ਸਿਮਰਜੀਤ ਬੈਂਸ ਦੀ ਉਹਨੇ ਜਲੰਧਰ ਦੀ ਜਿਮਣੀ ਚੌਂਚ ਤੇ ਬੀਜੇਪੀ ਦੇ ਨਾਲ ਹੱਥ ਮਿਲਾਇਆ ਤੇ ਉਹ ਦੱਸ ਰਿਹਾ ਸੀ ਕਿ ਲੋਕ ਕਹਿੰਦੇ ਆ ਜੀ ਬੀਜੇਪੀ ਦੇ ਵਿੱਚ ਜਾਊਗਾ 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 ਕਹਿੰਦਾ ਅੱਜ ਮੈਂ ਦੱਸ ਦਿੰਦਾ ਕਿ ਬੀਜੇਪੀ ਦੇ ਝੰਡੇ ਗੱਡਾਂਗੇ ਪਿੱਛੋਂ ਲੋਕਾਂ ਨੇ ਤਾੜੀਆਂ ਮਾਰਤੀਆਂ ਪਰ ਤਾੜੀਆਂ ਆਲੀ ਕੋਈ ਗੱਲ ਨਹੀਂ ਸੀਗੀ ਮੈਂ ਸਿਮਰਜੀਤ ਬੈਂਸ ਨੂੰ ਦੱਸ ਦੇਵਾਂ ਨਾਲੋ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਤੁਹਾਨੂੰ ਦੱਸ ਦੇਣਾ ਕਿ ਮੈਂ ਗੱਲ ਕਰਨੀ ਹੈ ਐਸਸੀ ਸਕਾਲਰਸ਼ਿਪ ਬਾਰੇ ਦੂਸਰਾ ਮੈਂ ਗੱਲ ਕਰਨੀ ਹੈ ਖਸ ਖਸ ਦੀ ਖੇਤੀ ਬਾਰੇ ਜਵਾਬ ਦੇਣਾ ਸਿਮਰਜੀਤ ਬੈਂਸ ਦੀਆਂ ਗੱਲਾਂ ਦਾ ਹੁਣ ਮੈਂ ਗੱਲ ਸ਼ੁਰੂ ਕਰ ਲੱਗਿਆ ਕਿ ਸਿਮਰਜੀਤ ਬੈਂਸ ਕੌਣ ਹੁੰਦਾ ਇੱਥੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਲਿਆਉਣ ਵਾਲਾ ਇੱਥੇ ਖੁਦ ਬੀਜੇਪੀ ਆਊਗੀ ਖੁਦ ਝੰਡਾ ਗੱਡੂਗੀ ਪੰਜਾਬ ਤੇ ਇਹ ਗੱਲ ਯਾਦ ਰੱਖੋ ਜੇ ਉਹਨਾਂ ਦੇ ਸਮੇਂ ਦੇ ਵਿੱਚ ਤੁਸੀਂ ਇਹ ਕਿਰਪਾ ਕੱਟ-ਕੱਟ ਪਾਉਂਗੇ ਮੇਰੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰੂੰਗਾ ਪਹਿਲੇ ਨੰਬਰ ਤੇ ਮੈਂ ਗੱਲ ਇਹ ਕਰ ਦੇਵਾਂ ਪੰਜਾਬ ਦੇ ਲੋਕੋ ਬੜੇ ਐਮਐਲਏ ਹੋ ਜਿਆ ਕਿ ਗੱਜ ਦੇ ਤਾਂ ਬਹੁਤ ਆ ਪਰ ਉਹ ਬੀਜੇਪੀ ਤੇ ਕਦੇ ਬੋਲਦੇ ਨਹੀਂਗੇ ਕਾਰਨ ਦੋ ਹੋ ਸਕਦੇ ਆ ਜਾਂ ਤਾਂ ਬੀਜੇਪੀ ਦੇ ਵਿੱਚ ਜਾਣਗੇ ਕਿਉਂਕਿ ਬੀਜੇ ਦੂਜਾ ਕਾਰਨ ਇਹ ਹੈ ਕਿ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਜਾ ਉਹਨਾਂ ਤੋਂ ਭਾਈ ਸਾਹਿਬ ਥੋੜਾ ਦਬ ਕੇ ਰਹਿਣਾ ਪੈਂਦਾ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਕੋਈ ਪਤਾ ਨਹੀਂ ਲੱਗਦਾ ਕੀ ਕਰ ਦੇਣਗੇ ਕੀ ਨਹੀਂ ਕਰਦੇ ਹੁਣ ਮੈਂ ਗੱਲ ਇਹ ਕਰ ਲੱਗਿਆ ਕਿ ਬੜੇ ਲੋਕ ਜਿਹੜੇ ਬੀਜੇਪੀ ਦੇ ਵਿੱਚ ਜਾ ਕੇ ਇਹ ਸਮਝ ਰਹੇ ਆ ਕਿ ਬੀਜੇਪੀ ਆਊਗੀ ਪਤਾ ਨਹੀਂ ਪੰਜਾਬ ਨੂੰ ਕਿੰਨਾ ਚੰਗਾ ਕਰ ਦੋਗੇ ਹੁਣ ਮੈਂ ਇੱਥੇ ਸਿਮਰਜੀਤ ਬੈਂਸ ਤੇਰੀਆਂ ਗੱਲਾਂ ਦੇ ਜਵਾਬ ਦੇ ਦਵਾ ਪਹਿਲਾਂ ਤੇਰਾ ਬਿਆਨ ਇਹ ਸੀਗਾ ਕਿ ਜਿਹੜੀ ਇੱਥੇ ਸਾਡੀ ਜਵਾਨੀ ਆ ਕਿਸਾਨੀ ਆ ਉਹ ਮਰ ਰਹੀ ਆ ਉਹਨੂੰ ਬਚਾਉਣ ਦੀ ਜ਼ਰੂਰਤ ਆ ਤੂੰ ਜਿਹੜੀ ਪਾਰਟੀ ਦੇ ਨਾਲ ਹੱਥ ਜੋੜ ਰਿਆ ਪੰਜਾਬ ਦੀ ਜਵਾਨੀ ਤੇ ਕਿਸਾਨੀ ਉਹਦੇ ਹੱਥਾਂ ਦੇ ਵਿੱਚ ਤਾਂ ਮਰ ਰਹੀ ਉਹਨਾਂ ਨੂੰ ਕਾਹ ਬਚਾਉਣ ਕੇਂਦਰ ਦੇ ਵਿੱਚ ਸਰਕਾਰ ਆ ਕਹਿਣ ਕਰੋ ਕੀ ਕਿਸਾਨਾਂ ਵਾਸਤੇ ਕਰਦੇ ਆ ਕੀ ਜਵਾਨਾਂ ਵਾਸਤੇ ਕਰਦੇ ਆ ਤੇ ਕੀ ਉਹ ਜਿਹੜੇ ਗਰੀਬ ਲੋਕਾਂ ਚਾਹੇ ਉਹ ਐਸੀ ਬੀਸੀ ਜਰਨਲ ਕਿਸੇ ਕਾਸ਼ਟ ਦੇ ਹੁਣ ਕੀ ਉਹਨਾਂ ਵਾਸਤੇ ਕਰਦੇ ਆ ਉਹਨਾਂ ਨੂੰ ਪੁੱਛੋ ਤੁਸੀਂ ਹੁਣ ਤੁਸੀਂ ਗੱਲ ਕਰਦੇ ਆ ਖਾਸ ਖਾਸ ਖੇਤੀ ਦੀ ਕੇ ਖਸ ਖਸ ਦੀ ਖੇਤੀ ਕਰੋ ਸਾਡੇ ਨੌਜਵਾਨ ਬਾਤ ਜਾਣਗੇ ਕਿਸਾਨੀ ਬਾਝੂਗੀ ਮੈਂ ਇੱਕ ਗੱਲ ਦਾ ਜਵਾਬ ਦੇ ਦਵਾਂ ਨਾਲ ਤੁਸੀਂ ਇਹ ਵੀ ਕਹਤਾ ਸੀ ਕਿ ਉਹ ਕੇਂਦਰ ਦੇ ਹੱਥ ਦੇ ਵਿੱਚ ਤੁਸੀਂ ਹੱਥ ਮਿਲਾ ਲਿਆ ਕਿਹਦੇ ਨਾਲ ਭਾਜਪੀ ਨਾਲ ਤੇ ਭਾਜਪੀ ਇਹ ਚੀਜ਼ਾਂ ਪੂਰਨਾ ਕਰੇ ਕਿਉਂ ਨਹੀਂ ਕਰ ਰਹੀ ਪਿਆਰੇ ਸੱਜਣ ਜੀ ਜਿਹੜੇ ਲੋਕ ਖਸ ਖਸ ਦੀ ਖੇਤੀ ਕਰ ਰਹੇ ਆ ਬੈ ਸਾਬ ਜਦੋਂ ਤੁਹਾਡੀ ਸਰਕਾਰ ਜਦੋਂ ਤੁਹਾਸੀ ਐਮਐਲਏ ਸੀਗੇ ਮੈਨੂੰ ਤੁਸੀਂ ਇਹਨਾਂ ਗੱਲਾਂ ਦਾ ਜਵਾਬ ਦਿਓ ਉਦੋਂ ਕਿਉਂ ਨਹੀਂ ਕਿਹਾ ਤੁਸੀਂ ਐਮਐਲਏ ਕਿਉਂ ਨਹੀਂ ਮਤੇ ਪਾਏ ਇਹਨਾਂ ਚੀਜ਼ਾਂ ਦੇ ਕਿਉਂ ਨਹੀਂ ਦੂਜੇ ਐਮਐਲਏ ਨੂੰ ਕਿਹਾ ਕਿਉਂ ਨਹੀਂ ਉਹਦਾ ਵੀਡੀਓ ਪਾਆਂ ਸਾਨੂੰ ਵੀ ਪਤਾ ਲੱਗ ਜਾਂਦਾ ਇਹ ਕੁਰਸੀਆਂ ਤੇ ਬਹਿ ਕੇ ਸਭ ਕੁਝ ਭੁੱਲ ਜਾਂਨੇ ਆ ਕੁਰਸੀਆਂ ਜਦੋਂ ਖੋਹ ਲੈਂਦੇ ਉਦੋਂ ਬਾਅਦ ਤੁਹਾਨੂੰ ਪੰਜਾਬ ਯਾਦ ਆਉਣ ਲੱਗ ਜਾਂਦਾ ਪੰਜਾਬ ਦੀ ਜਵਾਨੀ ਯਾਦ ਆਉਂਦੀ ਆ ਹੁਣ ਜਿਹੜੀ ਖਸ ਖਸ ਦੀ ਖੇਤੀ ਆ ਉਹ ਇੱਕ ਬਿਜ਼ਨਸ ਲੱਗ ਰਿਹਾ ਮੈਨੂੰ ਮੇਰੀ ਸੋਚਣ ਦੇ ਮੁਤਾਬਕ ਹੋ ਸਕਦਾ ਮੈਂ ਗਲਤ ਹੋਵਾਂ ਇੱਕ ਇੱਕ ਉਦਾਹਰਨ ਦੇ ਰਿਹਾ ਜਿਵੇਂ ਮੇਰਾ ਪਿੰਡ ਆ ਇੱਕ ਉਦਾਹਰਨ ਕਿਵੇਂ ਉਦਾਹਰਨ ਇਹਨਾ ਪਤ ਤਕੜੀ ਦੇ ਰਹੇ ਆ ਜਿਵੇਂ ਇੱਕ ਪੰਜਾਬ ਆ ਦੂਜੇ ਪਾਸੇ ਹਰਿਆਣਾ ਹੁਣ ਪੰਜਾਬ ਵਾਲਿਆਂ ਨੂੰ ਕਹਿਣ ਕਿ ਪੰਜਾਬੀ ਕੋ ਟਮਾਟਰ ਬੀਜ ਦੋ ਟਮਾਟਰ ਹੁਣ ਸਾਰਾ ਪੰਜਾਬ ਟਮਾਟਰ ਬੀਜ ਦੇਵੇ ਇੱਥੋਂ ਟਮਾਟਰ ਖਰੀਦੇ ਜਾਂ 2 ਰੁਪਏ ਕਿਲੋ 4 ਰੁਪਏ ਕਿਲੋ ਹਰਿਆਣੇ ਵਾਲਿਆਂ ਨੂੰ ਇਹ ਕਹਿ ਦੇਣ ਕਿ ਇਹ ਟਮਾਟਰਾਂ ਦੇ ਨਾਰੇ ਦਾ ਹਾਨੀਕਾਰਕ ਇਹ ਟਮਾਟਰ ਨਹੀਂ ਤੁਸੀਂ ਬਿਜਨੇ ਹਰਿਆਣੇ ਦੇ ਵਿੱਚ ਹੁਣ ਇਹ ਪੰਜਾਬ ਚ ਟਮਾਟਰ 2 ਰੁਪਏ ਲੈ ਕੇ 4 ਰੁਪਏ ਕਿਲੋ ਲੈ ਕੇ ਹਰਿਆਣੇ ਦੇ ਵਿੱਚ ਇਹ 200 ਰੁਪਏ ਕਿਲੋ ਨਾ ਵਿਕੇ ਮੇਰਾ ਨਾ ਵਿਸ਼ਵਦੀ ਫਾਜ਼ਲ ਕਾ ਨਹੀਂ ਕੁਝ ਗਲਤਤਾ ਨਹੀਂ ਕਹਿ ਰਿਹਾ ਜੋ ਸੱਜਣ ਜੀ ਜਵਾਦ ਤੁਸੀਂ ਦੱਸੋ ਕੁਝ ਗਲਤਤਾ ਨਹੀਂ ਕਹਿ ਰਿਹਾ ਇਹ ਬਿਜ਼ਨਸ ਆਕ ਜੇਕਰ ਰਾਜਸਥਾਨ ਚ ਖਸ ਖਸ ਦੀ ਖੇਤੀ ਹੋ ਜਿਹੜੀਆਂ ਜਿੱਥੇ ਵੀ ਖੇਤੀ ਹੁੰਦੀ ਆ ਚਾਹੇ ਉਹ ਰਾਜਸਥਾਨਾ ਚਾਹੇ ਹਰਿਆਣਾ ਚਾਹੇ ਉਹ ਕੰਨ ਸ਼੍ਰੀਨਗਰ ਚਾਹੇ ਕਿਤੇ ਵੀ ਖਸ ਖਸ ਦੀ ਖੇਤੀ ਹੋ ਰਹੀ ਆ ਤੇ ਮੈਂ ਤੁਹਾਨੂੰ ਇਹ ਇਹ ਕਹਿ ਰਿਹਾ ਜੇਕਰ ਇਹ ਖਸ ਖਸ ਦੀ ਖੇਤੀ ਹੋ ਰਹੀ ਆ ਉੱਥੇ ਦਾ ਲੋਕ ਆ ਉੱਥੇ ਪਬਲਿਕ ਆ ਇੱਥੇ ਵੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਨਹੀਂ ਹੋ ਰਹੀ ਜੇਕਰ ਪੰਜਾਬ ਦੇ ਲੋਕ ਇੱਥੇ ਪੰਜਾਬ ਦੇ ਲੋਕਾਂ ਨੂੰ ਖਤਰਾ ਖਸ ਖਸ ਦੀ ਖੇਤੀ ਤੋਂ ਤੇ ਕੀ ਗੱਲ ਜਿਹੜੇ ਨਾ ਸਟੇਟਾਂ ਦੇ ਵਿੱਚ ਖਾਸ ਖਾਸ ਦੇ ਖੇਤੀ ਹੋ ਰਹੀ ਆ ਜਿਹੜੇ ਜ਼ਿਲ੍ਹਿਆਂ ਚ ਹੋ ਰਹੀ ਆ ਕੀ ਉਹਨਾਂ ਨੂੰ ਕੋਈ ਖਤਰਾ ਨਹੀਂ ਕੀ ਉਹਨਾਂ ਨੂੰ ਕੋਈ ਨੁਕਸਾਨ ਨਹੀਂਗਾ ਕੀ ਉੱਥੇ ਕੋਈ ਪਬਲਿਕ ਨਹੀਂ ਰਹਿੰਦੀ ਇਹ ਬਿਜ਼ਨਸ ਆ ਸਮਝ ਸਿਮਰਜੀਤ ਸਿੰਘ ਬਹਿਸ ਦੂਸਰੇ ਨੰਬਰ ਤੇ ਮੈਂ ਜਵਾਬ ਦੇ ਦਵਾਂ ਤੇਰੀ ਉਹ ਗੱਲ ਦਾ ਕਿ ਜਿਹੜੇ ਐਸਸੀ ਕਾਸਟ ਦੇ ਸਕਾਲਰਸ਼ਿਪ ਦੀ ਗੱਲ ਕੀਤੀ ਆ ਅਖੇ ਉਹਨਾਂ ਦੇ ਦਲਿਤ ਪਰਿਵਾਰਾਂ ਦੇ ਬੱਚਾ ਚ ਟਾਈਲੈਂਡ ਤਾਂ ਬਹੁਤ ਆ ਪਰ ਉਹਨਾਂ ਦੇ ਜਿਹੜੇ ਮਾਪੇ ਉਹ ਆਖੇ ਫੀਸਾਰੀ ਭਰ ਸਕਦੇ ਕੇਸਰੀ ਆਲ ਭਗਵੰਤ ਮਾਨ ਆ ਉਹ ਇਹ ਛੱਡੋ ਇਹ ਚੀਜ਼ਾਂ ਭਗਵੰਤ ਮਾਨ ਅਕਾਲੀ ਦਲ ਕਾਂਗਰਸ ਭਾਜਪੀ ਝਾੜੂ ਵਾਲੇ ਜਾ ਰੇ ਛੱਡੋ ਇਹ ਇਹ ਮੁੱਦਾ ਨਹੀਂਗਾ ਮੁੱਦਾ ਮੈਂ ਦੱਸਦਾ ਕੱਲੇ ਐਸਸੀ ਪਰਿਵਾਰ ਦੇ ਵਿੱਚ ਗਰੀਬ ਨਹੀਂ ਗਏ ਹਾਂ ਮੈਂ ਮੰਨਦਾ ਗੱਲ ਕਿ 85 99% ਇਹੋ ਜਿਹੇ ਗਰੀਬ ਪਰਿਵਾਰ ਬੈਠੇ ਆ ਜਿੱਥੇ ਉਹਨਾਂ ਦੀਆਂ ਈਟੀਟੀ ਚ ਐਡਮਿਸ਼ਨਾਂ ਨਹੀਂ ਹੁੰਦੀਆਂ ਕਾਲਜਾਂ ਚ ਐਡਮਿਸ਼ਨਾਂ ਨਹੀਂ ਹੁੰਦੀਆਂ ਕਈ ਇਹੋ ਜਿਹੇ ਕਾਲਜਾਂ ਕਈ ਇਹੋ ਜਿਹੇ ਸਕੂਲ ਆ ਜਿੱਥੇ ਐਡਮਿਸ਼ਨਾਂ ਨਹੀਂ ਹੁੰਦੀਆਂ ਕਿ ਬੱਚਿਆਂ ਦੇ ਵਿੱਚ ਵਾਕਈ ਟੈਲੈਂਟ ਤਾਂ ਬਹੁਤ ਆ ਪਰ ਇਹ ਚੀਜ਼ਾਂ ਉਹਦੇ ਹਲਕੇ ਦੇ ਵਿੱਚ ਕਿਉਂ ਨਹੀਂ ਕੀਤੀਆਂ ਮੇਰੇ ਪਿਆਰੇ ਸੱਜਣ ਜੀ ਕੀ ਤੁਸੀਂ ਜਦੋਂ ਐਮਐਲਏ ਸੀ ਆਪਦੇ ਹਲਕੇ 'ਚ ਇਹ ਚੀਜ਼ਾਂ ਕੀਤੀਆਂ ਸੀ ਜੇਕਰ ਤੁਸੀਂ ਇਹ ਆਪਦੇ ਹਲਕੇ 'ਚ ਇਹ ਚੀਜ਼ਾਂ ਕੀਤੀਆਂ ਸੀ ਸਿਹਤ ਸਿੱਖਿਆ ਰੋਜ਼ਗਾਰ ਦਾ ਪ੍ਰਬੰਧ ਕੀਤਾ ਸੀ ਤਾਂ ਤੁਹਾਡੇ ਹਲਕੇ ਵਾਲਿਆਂ ਨੇ ਤੁਹਾਨੂੰ ਹਰਾ ਕਿਉਂ ਦਿੱਤਾ ਅੱਜ ਸਾਰੇ ਮੰਤਰੀ ਦਿਲ ਤੇ ਹੱਥ ਰੱਖ ਕੇ ਅੱਜ ਅੱਜ ਵਾਅਦਾ ਕਰੋ ਜਨਤਾ ਦੇ ਨਾਲ ਕਿ ਸਿਹਤ ਸਿੱਖਿਆ ਰੋਜ਼ਗਾਰ ਇਹ ਤਿੰਨੇ ਚੀਜ਼ਾਂ ਫ੍ਰੀ ਦਿੱਤੀਆਂ ਜਾਣਗ ਚਾਹੇ ਉਹ ਐਸਸੀ ਹੋਵੇ ਚਾਹੇ ਉਹ ਬੀਸੀ ਹੋਵੇ ਚਾਹੇ ਉਹ ਜਰਨਲ ਹੋਵੇ ਚਾਹੇ ਉਹ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਚਾਹੇ ਉਹ ਕਿਸੇ ਧਰਮ ਦਾ ਹੋਵੇ ਚਾਹੇ ਉਹ ਕਿਸੇ ਜਾਤੀ ਦਾ ਹੋਵੇ ਬਸ ਉਹ ਗਰੀਬ ਹੋਣਾ ਚਾਹੀਦਾ ਤੇ ਕਿਸੇ ਨਾਲ ਜਾਤੀ ਵਿਤਰਾ ਨਹੀਂ ਹੋਊਗਾ ਇਹ ਤਿੰਨੇ ਚੀਜ਼ਾਂ ਦਿਵਾਓ ਲੋਕਾਂ ਨੂੰ ਸਿਹਤ ਸਿੱਖਿਆ ਰੁਜ਼ਗਾਰ ਦਿਵਾਓ ਲੋਕਾਂ ਨੂੰ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਜੇਕਰ 12 13 ਸਾਲਾਂ ਬਾਅਦ ਧਰਮਾਂ ਤੇ ਜਾਤਾਂ ਦੀ ਰਾਂਦ ਪੈ ਗਈ ਤਾਂ ਮੈਨੂੰ ਸਾਤ ਲਓ ਜੇ ਕਿਹਾ ਵਿਸ਼ਵਦੀਪ ਸਿਹਤ ਸਿੱਖਿਆ ਰੁਜ਼ਗਾਰ ਬਰਾਬਰ ਦਾ ਦਿੱਤਾ ਜੇਕਰ ਕੋਈ ਗਰੀਬ ਐਸਸੀ ਪਰਿਵਾਰ ਚੋਂ ਸੀਗਾ ਤੇ ਉਹਨੂੰ ਉਹ ਪੜ੍ਹਾਈ ਕਰਵਾਈ ਆ ਜਿਹੜਾ ਇੱਕ ਕਰੋੜਪਤੀ ਆ ਆਪਣੇ ਬੱਚਿਆਂ ਨੂੰ ਕਰਾਉਂਦਾ ਜੇਕਰ ਕੋਈ ਗਰੀਬ ਜੱਟ ਸੀ ਤਾਂ ਉਹਨੂੰ ਉਹ ਪੜ੍ਹਾਈ ਕਰਾਈ ਆ ਜਰਨਲ ਬੰਦੇ ਨੂੰ ਕਿ ਗਰੀਬ ਜਰਨਲ ਬੱਚੇ ਨੂੰ ਉਹ ਪੜ੍ਹਾਈ ਕਰਾਈ ਆ ਜਿਹੜਾ ਕਰੋੜਾਪਤੀ ਬੰਦਾ ਕਰਾਉਂਦਾ ਜਿਹੜਾ ਇਹ ਪੜ੍ਹਾਈ ਕਰਾਈ ਆ ਇਹ ਰੋਜ਼ਗਾਰ ਦਿੱਤਾ ਆਸੀ ਸਿਹਤ ਸਿੱਖਿਆ ਰੋਜ਼ਗਾਰ ਫ੍ਰੀ ਕੀਤਾ ਅੱਜ ਇਹ ਲੋਕ ਜਾਤਾਂ ਪਾਤਾਂ ਤੇ ਲੜ ਰਹੇ ਆ ਇਹ ਕਦੇ ਨਹੀਂ ਲੜਨਗੇ ਦੋ ਲਗਭਗ 13-14 ਸਾਲਾਂ ਤੋਂ ਬਾਅਦ ਜੇਕਰ ਤੁਸੀਂ ਇਹ ਅੱਜ ਚੀਜ਼ਾਂ ਇਹਨਾਂ ਨੂੰ ਦਿੰਨੇ ਆ ਇਹ ਕਦੇ ਨਹੀਂ ਲੜਨਗੇ ਫਿਰ ਤੁਸੀਂ ਤੀਜੀ ਗੱਲ ਪਤਾ ਕੀ ਕੀਤੀ ਸੀ ਤੀਜੀ ਗੱਲ ਕੀਤੀ ਸੀ ਕਿ ਜਿਹੜਾ ਪਾਕਿਸਤਾਨ ਉਹ ਅੱਜ ਆਟੇ ਦੀ ਥੈਲੀ ਪਿੱਛੇ ਕਤਲ ਕਰਦਾ ਫਿਰਦਾ ਜਿਹੜਾ ਇੱਥੋਂ ਖਾਣਾ ਦੁਬਈ ਜਾਂਦਾ ਦੁਬਈ ਤੋਂ ਪਾਕਿਸਤਾਨ ਜਾਂਦਾ ਤੇ ਮੈਂ ਆਖੇ ਇਹ ਵੀ ਕਹਿਣਾ ਕਿ ਜਿਹੜਾ ਖਾਣਾ ਸਿੱਧਾ ਉਹ ਵਪਾਰ ਰੱਖੇ ਪਾਕਿਸਤਾਨ ਨਾਲ ਕੀਤਾ ਜਾਵੇ ਇੱਥੇ ਮੈਂ ਸਿਮਰਜੀਤ ਸਿੰਘ ਬੈਂਸ ਜੀ ਤੁਹਾਡੀ ਇਹਨਾਂ ਗੱਲਾਂ ਦੀ ਛਲਾਂਗਾ ਕਰਦਾ ਯਾਦ ਰੱਖੋ ਜਿਹੜੀਆਂ ਤੁਹਾਡੀ ਗੱਲ ਤੁਸੀਂ ਕਹੀ ਆ ਇਹ ਮੈਂ ਹੱਥ ਬਨ ਕੇ ਮੈਂ ਪਹਿਲਾਂ ਕਹਿਣਾ ਚਾਹੁੰਦਾ ਸੀ ਪਰ ਮੇਰੀ ਇਹ ਔਕਾਤ ਹੈ ਨਹੀਂ ਸੀ ਕਿਉਂਕਿ ਮੈਂ ਕੋਈ ਐਮਐਲਏ ਐਮਪੀ ਨਹੀਂ ਸੀਗਾ ਤੁਸੀਂ ਅੱਜ ਕਹੋ ਅੱਜ ਇਹ ਪੰਜਾਬ ਦੇ ਐਮਐਲਏ ਨੂੰ ਵੀ ਕਹੋ 117 ਨੂੰ ਜਿਹੜਾ ਲਗਭਗ 1.5 4100 ਦੇ ਪਲੱਸ ਇੰਡੀਆ ਚ ਐਮਐਲਏ ਆ ਉਹ ਵੀ ਇਹ ਗੱਲ ਨੂੰ ਸਮਝੇ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਆ ਉਹ ਵੀ ਇਹ ਗੱਲ ਨੂੰ ਸਮਝਣ ਕਿ ਮੈਂ ਤੁਹਾਡੀ ਗੱਲ ਦੀ ਸ਼ਰੰਗਾ ਕਰਦਾ ਜੇਕਰ ਇਹ ਚੀਜ਼ ਹੁੰਦੀ ਆ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਲੋਕ ਵਸਦੇ ਆ ਪਰ ਮੈਂ ਇੱਥੇ ਕੋਈ ਵੀ ਇੰਡੀਆ ਦੇ ਖਿਲਾਫ ਗੱਲ ਨਹੀਂ ਕਰ ਰਿਹਾ ਕੰਟੇਨਰ ਦਾ ਭਰਾਵਾ ਪਤਾ ਤਾਂ ਹੁੰਦਾ ਨਹੀਂ ਕੀ ਕਹਿਦਣ ਕੀ ਨਾ ਕਹਿਦਾਂ ਮੈਂ ਤਾਂ ਬੋਲੀ ਜਣਾ ਜਿਹੜੀ ਸਚਾਈ ਤੁਹਾਨੂੰ ਦੱਸ ਰਿਹਾ ਤੁਹਾਡੀ ਇਹ ਗੱਲ ਦੀ ਮੈਂ ਛਲਾਂਗਾ ਕਰਦਾ ਇਹ ਗੱਲ ਦੀ ਛਲਾਂਗਾ ਕਰੂੰਗਾ ਵੀ ਫਿਰ ਤੁਸੀਂ ਇਹ ਗੱਲ ਕਹਿੰਨੇ ਆ ਸਿਮਰਜੀਤ ਸਿੰਘ ਬਹਿਨ ਜੀ ਤੁਸੀਂ ਕਹਿੰਨੇ ਆ ਬੀਜੇਪੀ ਦਾ ਝੰਡਾ ਚੜੂਗਾ ਝੰਡਾ ਕੋਈ ਨਹੀਂ ਚੜਾ ਸਕਦਾ ਬੀਜੇਪੀ ਨੇ ਖੁਦ ਝੰਡਾ ਚੜਾਉਣਾ ਇੱਕ ਗੱਲ ਯਾਦ ਰੱਖ ਲਈ ਮੇਰੀ ਪਰ ਕੀ ਬੀਜੇਪੀ ਦੇ ਆਉਣ ਦੇ ਬਾਅਦ ਪੰਜਾਬ ਚੰਗਾ ਹੋ ਜਾਊਗਾ ਜੇਕਰ ਪੰਜਾਬ ਚੰਗਾ ਹੋ ਜਾਊਗਾ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਦੇਸ਼ ਦੇ ਵਿੱਚ ਇਹਨਾਂ ਦੀ ਸਰਕਾਰ ਆ ਤਾਂ ਫਿਰ ਇਹ ਕਿਉਂ ਨਹੀਂ ਚੰਗਾ ਹੋ ਰਿਹਾ ਔਰ ਜਿਹੜੇ ਤੁਸੀਂ ਐਸਸੀ ਭਾਈਚਾਰੇ ਦੀ ਗੱਲ ਕਰ ਰਹੇ ਆਂ ਵੈਸੇ ਦਲਿਤ ਨਾ ਕਿਹਾ ਕਰੋ ਸਿੱਧਾ ਸਤੂਲ ਕਾਸਟ ਕਹੋ ਐਸਸੀ ਭਾਈਚਾਰਾ ਕਹੋ ਗਰੀਬ ਸਮਾਜ ਕਹੋ ਤੁਸੀਂ ਐਸਸੀ ਭਾਈਚਾਰੇ ਦੀ ਗੱਲ ਕੀਤੀ ਆ ਤਾਂ ਜਿੱਥੇ ਇਹਨਾਂ ਦੀਆਂ ਸਰਕਾਰਾਂ ਕੀ ਉੱਥੇ ਐਸਸੀ ਭਾਈਚਾਰੇ ਨਾਲ ਵਿਕਤਰੇ ਨਹੀਂ ਹੁੰਦੇ ਆਪਾਂ ਸੁਣਿਆ ਸੀ ਨਾ ਯੂਪੀ ਦੇ ਵਿੱਚ ਕੀ ਹੋਇਆ ਸੀ ਇਹਨਾਂ ਦੀ ਸਰਕਾਰ ਸੀ ਕਿ ਇਹਨਾਂ ਦੀ ਜਿਹੜੀ ਸਰਕਾਰ ਆ ਕੇਂਦਰ ਦੇ ਵਿੱਚ ਜੇਕਰ ਉਹਨਾਂ ਨੂੰ ਪੰਜਾਬ ਦੇ ਹੀ ਫਿਕਰ ਬਣਿਆ ਪਿਆ ਤੇ ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਆ ਕਿ ਉੱਥੇ ਸਿਹਤ ਸਿੱਖਿਆ ਰੁਜ਼ਗਾਰ ਐਸ்சி ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਨੂੰ ਫ੍ਰੀ ਮਿਲਦਾ ਜਿਹੜੇ ਅੱਜ ਪੰਜਾਬ ਦੇ ਨਾਲ ਵਿਕਤਰਾ ਕਰ ਰਹੇ ਆ ਕਿ ਕੱਲ ਨੂੰ ਵਿਕਤਰਾ ਤਾਂ ਨਹੀਂ ਕਰਦੇ ਮੈਂ ਕੋਈ ਇੱਥੇ ਮੇਰਾ ਦੇਸ਼ ਆ ਭਾਰਤ ਮੇਰਾ ਦੇਸ਼ ਆ ਇੰਡੀਆ ਇੰਡੀਆ ਲਈ ਅਸੀਂ ਮਰ ਵੀ ਸਕਦੇ ਆ ਤੇ ਇੰਡੀਆ ਲਈ ਅਸੀਂ ਜੀ ਵੀ ਰਹੇ ਆ ਮੈਂ ਕਹਿਣਾ ਚਾਹਵੇ ਕੋ ਗਾਣਾ ਸੀ ਨਾ ਦਿਲ ਦਿਆ ਹੈ ਜਾਨ ਵੀ ਦੇਂਗੇ हे ਵਤਨ ਤੇਰੇ ਲਈ ਤੇ ਇਹ ਸਾਡਾ ਇੰਡੀਆ ਇਹ ਮੇਰਾ ਦੇਸ਼ ਆ ਅਸੀਂ ਹਮੇਸ਼ਾ ਸਤਕਾਰ ਕਰਦੇ ਆ ਪਰ ਹਿੰਦੂ ਰਾਸ਼ਟਰ ਦੇ ਮੈਂ ਹੱਕ ਦੇ ਵਿੱਚ ਨਹੀਂ ਖਾਲਿਸਤਾਨ ਦੇ ਮੈਂ ਹੱਕ ਦੇ ਚੈਣੀ ਜਿਹੜੀਆਂ ਖਾਲਿਸਤਾਨ ਵਾਲੇ ਕੋਈ ਮੰਗਾ ਉਹਨਾਂ ਨੂੰ ਪੁੱਛੋ ਭਾਈ ਕਿਹੜੀ ਗੱਲੋਂ ਖਾਲਿਸਤਾਨ ਮੰਗਦੇ ਆ ਉਹਨਾਂ ਨੂੰ ਪੁੱਛੋ ਜੇਕਰ ਉਹਨਾਂ ਦੀਆਂ ਮੰਗਾਂ ਗਲਤ ਹੋਈਆਂ ਤਾਂ ਫਿਰ ਜਿਹੜੀ ਤੁਸੀਂ ਕਰੀ ਜਾਂਦੇ ਆ ਕਰੀ ਜਾਓ ਫਿਰ ਮੈਂ ਤੁਸੀ ਇਹ ਦੱਸੋ ਕਿ ਜਿਹੜੇ ਦੇਸ਼ ਦੇ ਵਿੱਚ ਲੋਕ ਇਹ ਕਹਿੰਦੇ ਆ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇੱਥੇ ਪੰਜਾਬ ਵਾਲਿਆਂ ਨੂੰ ਫੜ ਕੇ ਅੰਦਰ ਤੋਂ ਦਿੰਦੇ ਆ ਮੈਂ ਕੋਈ ਗਲਤਤਾ ਨਹੀਂ ਕਰ ਰਿਹਾ ਸਿਮਰਜੀਤ ਸਿੰਘ ਬੈਂਜ ਜੀ ਮੈਂ ਫਿਰ ਤੋਂ ਕਹਿ ਰਿਹਾ ਮੈਂ ਆਪਦੇ ਦੇਸ਼ ਦੇ ਹੱਕ ਵਿੱਚ ਖੜਾ ਇਹ ਜਿਹੜਾ ਇੰਡੀਆ ਤੇ ਭਾਰਤ ਆ ਇਹ ਦੇਸ਼ ਸਾਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਨਾਮ ਦਿੱਤਾ ਅਸੀਂ ਹਮੇਸ਼ਾ ਹੱਕ ਦੇ ਵਿੱਚ ਖੜੇ ਆ ਆਪਦੇ ਦੇਸ਼ ਦੇ ਵਿੱਚ ਪਰ ਮੈਂ ਹਿੰਦੁਸਤਾਨ ਦੇ ਹਿੰਦੂ ਰਾਸ਼ਟਰ ਦੇ ਔਰ ਖਾਲਸਤਾਨ ਦੇ ਕਦੇ ਵੀ ਹੱਕ ਵਿੱਚ ਨਹੀਂ ਜਿਹੜੀ ਸਚਾਈ ਆ ਜਿਹੜੀਆਂ ਖਾਲਿਸਤਾਨ ਦੀਆਂ ਕੋਈ ਜਿਹੜੇ ਖਾਲਿਸਤਾਨ ਮੰਗ ਰਹੇ ਆ ਪੁੱਛੋ ਉਹਨਾਂ ਨੂੰ ਕਿਉਂ ਮੰਗ ਰਹੇ ਆ ਜੇਕਰ ਨਸ਼ੇ ਦੀ ਗੱਲ ਕਰਦੇ ਆ ਕੇਂਦਰ ਦੇ ਵਿੱਚ ਸਰਕਾਰ ਬੈਠੀ ਆ ਇਹਨਾਂ ਨੇ ਕਿੰਨੇ ਕੈਕਟਰ ਅੰਦਰ ਦੇਤੇ ਆ ਜਿਹੜੇ ਬਾਲੀਵੁੱਡ ਦੇ ਐਕਟਰ ਆ ਸ਼ਰਾਬਾਂ ਦੀਆਂ ਮਸ਼ਹੂਰੀਆਂ ਦਿੰਦੇ ਆ ਬਾਲੀਵੁੱਡ ਦੇ ਐਕਟਰ ਸਿੱਟਾਂ ਦੀਆਂ ਮਸ਼ਹੂਰੀਆਂ ਦਿੰਦੇ ਆ ਬਾਲੀਵੁੱਡ ਦੇ ਐਕਟਰਾਂ ਨੇ ਨਸ਼ਾ ਪ੍ਰੋਮੋਟ ਕੀਤਾ ਹੀਰੋਇਨ ਫਿਰ ਇਹ ਜਾ ਕੇ ਸਾਡੇ ਲੋਕਾਂ ਨੂੰ ਪਤਾ ਲੱਗਿਆ ਕਿ ਆ ਹੀਰੋਇਨ ਕੀ ਇਹਨਾਂ ਨੇ ਫੜ ਕੇ ਅੰਦਰ ਦਿੱਤੇ ਆ ਤੁਸੀਂ ਮੈਨੂੰ ਜਵਾਬ ਦਿਓ ਇਹਨਾਂ ਗੱਲਾਂ ਤੇ ਬੜੇ ਇਹੋ ਜਿਹੇ ਐਕਟਰ ਬੈਠੇ ਆ ਜਦੋਂ ਉਹਨਾਂ ਨੂੰ ਮਾੜੀ ਮੋਟੀ ਵੀ ਟੈਨਸ਼ਨ ਹੋ ਜੇ ਉਹ ਕਹਿੰਦੇ ਮੈਂ ਟੈਨਸ਼ਨ ਵਿੱਚ ਹਾਂ ਥੋੜਾ ਸਿਕਟਰ ਲਗਾ ਕਰ ਦੋ ਉਹ ਸਿਕਟ ਦਾ ਸੂਟਾ ਲਾਉਂਦਾ ਹਾਂ ਆਪਕੋਤਾਓ ਕੀ ਕਰਨਾ ਹੈ ਹੁਣ ਮੈਨੂੰ ਇਹ ਦੱਸੋ ਵੀ ਇੱਕ ਸਿਕਟ ਦੇ ਸੂਟੇ ਦੇ ਨਾਲ ਬੰਦਾ ਡਿਪਰੈਸ਼ਨ ਚੋਂ ਵੀ ਬਾਹਰ ਆ ਜਾਂਦਾ ਫਿਲਮਾਂ ਦੇ ਵਿੱਚ ਤੇ ਉਹ ਦੀ ਜਿਹੜੀ ਕਹ ਲੋ ਵੀ ਉਹਦੇ ਟੈਨਸ਼ਨ ਹੋਵੇ ਉਹ ਵੀ ਲੈ ਜਾਂਦੀ ਆ ਤਾਂ ਫਿਰ ਜਿਹੜੇ ਡਿਪਰੈਸ਼ਨ ਵਾਲੇ ਡਾਕਟਰ ਆ ਉਹ ਕਾਤੋਂ ਬਣਾਏ ਜਦੋਂ ਸਿੱਖਤਾ ਤਾਂ ਹੈਗੀਆਂ ਸੀਗਾ ਕਿਉਂ ਪੜ੍ਹਾਈ ਹੁੰਦੀ ਉਹਨਾਂ ਦੀ ਕਦੇ ਇਹਨਾਂ ਨੇ ਕਦੇ ਐਕਟਰਾਂ ਦੇ ਪਰਚੇ ਦਿੱਤੇ ਆ ਕੱਲੇ ਭਾਜਪੀ ਨੇ ਨਹੀਂ ਕਿਹੜੀ ਸਰਕਾਰ ਨੇ ਦਿੱਤੇ ਆ ਦੱਸੋ ਭਾਜਪੀ ਨੂੰ ਤਾਂ ਜੱਥੇ ਮਹੀਨੇ ਹੋਇਆ ਇਹਨੂੰ 8 ਸਾਲ ਹੋਏ 8-9 ਸਾਲ ਉਦੋਂ ਪਹਿਲਾਂ ਕਿਹੜੀਆਂ ਸਰਕਾਰਾਂ ਸੀ ਜਵਾਬ ਤਾਂ ਦੇਣੇ ਪੈਣਗੇ ਨਾ ਭਾਜਪੀ ਵਾਲਿਓ ਮੈਂ ਕੋਈ ਗਲਤ ਨਹੀਂ ਕਹਿ ਰਿਹਾ ਵੇਖੋ ਜੇ ਭਾਈ ਮੈਨੂੰ ਤਾਂ ਸਾਹ ਬੜੀ ਦੂਰ ਲੱਗਦਾ ਵੇਖਿਆ ਜਿੱਥੇ ਆਪਾਂ ਸੱਚ ਕਹਿ ਰਹੇ ਆ ਤੁਹਾਨੂੰ ਇਹਦੇ ਵਿੱਚ ਝੂਠ ਕੋਈ ਨਹੀਂ ਮੈਂ ਫਿਰ ਤੋਂ ਕਹਿ ਰਿਹਾ ਇੰਡੀਆ ਦੇ ਮਹੱਕ ਵਿੱਚ ਆਪਦੇ ਭਾਰਤ ਦੇ ਹੱਕ ਵਿੱਚ ਕਿਉਂਕਿ ਜਿਹੜਾ ਖਾਲਿਸਤਾਨ ਉਹਦੇ ਵਿੱਚ ਨਾ ਤਾਂ ਸਿੱਧੀ ਸੁਣਵਾਈ ਹੋਣੀ ਆ ਨਾ ਜਿਹਨੂੰ ਗਰ ਤੋਂ ਸੀ ਦਲਿਤ ਦਲਿਤ ਕਹਿ ਰਹੇ ਆ ਉਹਦੀ ਸੁਣਵਾਈ ਤਾਂ ਨਹੀਂ ਹੋਣੀ ਯਾਦ ਰੱਖ ਲਓ ਜੇਕਰ ਹਿੰਦੂ ਰਾਸ਼ਟਰ ਬਣਦਾ ਫਿਰ শূਦਰ ਵਰਨ ਦੀ ਸੁਣਵਾਈ ਨਹੀਂ ਹੋਣੀ 6743 ਜਾਤਾਂ ਦੀ ਕਿੱਧਰ ਨੂੰ ਜਾਈਏ ਫਿਰ ਤੋਂ ਮੈਂ ਕਹਿ ਰਿਹਾ ਕਿ ਬੀਜੇਪੀ ਨੂੰ ਕੋਈ ਲਿਆਊਗਾ ਨਹੀਂ ਬੀਜੇਪੀ ਆਉਂਗੀ ਯਾਦ ਰੱਖਿਆ ਜੇ ਪੰਜਾਬ ਦੇ ਵਿੱਚ 27 ਦਾ ਮੈਂ ਕੁਝ ਕਹਿੰਦਾ ਨਹੀਂ ਜੇ ਅੱਜ ਗੱਲ ਕਰਾਂ ਕਈ ਕਾਂਗਰਸ ਦੇ ਵਿੱਚ ਐਮ ਐਲ ਏ ਬੈਠੇ ਆ ਜਿਹੜੇ ਬੀ ਜੇ ਪੀ ਦੇ ਵਿੱਚ ਜਾਣਗੇ ਕਈ ਅਕਾਲੀ ਦਲ ਦੇ ਵਿੱਚ ਬੈਠੇ ਆ ਜਿਹੜੇ ਬੀ ਜੇ ਪੀ ਦੇ ਵਿੱਚ ਜਾਣਗੇ ਤੇ ਅਕਾਲੀ ਦਲ مانਝ ਕੇ ਕਿੰਨਾ ਨੇ ਸਿੱਟਿਆ ਬੀ ਜੇ ਪੀ ਵਾਲਿਆਂ ਨੇ ਇਹ ਭਾਈ ਸਾਹਿਬ ਛੋਟੀਆਂ ਰਾਜਨੀਤੀਆਂ ਖੇਡਦੇ ਆ ਸਿਮਰਜੀਤ ਸਿੰਘ ਬੈਂਜ ਜੀ ਤੁਸੀਂ ਆਪਦੀ ਪਾਵਰ ਦੇ ਪਿੱਛੇ ਪੰਜਾਬ ਦਾਅ ਤੇ ਲਾਈ ਜਾਂਦੇ ਆ ਬੀ ਜੇ ਪੀ ਪੰਜਾਬ ਚਾਉਂਦੀ ਆ ਸੱਤਾ ਚਾਉਂਦੀ ਆ ਬੜਾ ਧੰਨ ਮੈਂ ਕਹਿੰਨਾ ਇਹਨਾਂ ਨੂੰ ਮੈਂ ਤਾਂ ਮੁਬਾਰਕਾ ਦੇਵਾਂਗਾ ਪਰ ਨਾਲ ਨਾਲ ਮੈਂ ਵੀ ਕਹਿ ਰਿਹਾ ਕਿ ਕਿਸੇ ਐਸਸੀ ਭਾਈਚਾਰੇ ਨਾਲ ਕਿਸੇ ਸਿੱਖ ਨਾਲ ਕਿਸੇ ਮੁਸਲਮਾਨ ਨਾਲ ਕਿਸੇ ਗਰੀਬ ਦੇ ਨਾਲ ਦਲਿਤ ਭਾਈਚਾਰਾ ਜਿਹਨੂੰ ਕਹਿੰਦੇ ਆ ਉਹਦੇ ਨਾਲ ਕੱਲ ਨੂੰ ਵਿਕਤਰਾ ਤਾਂ ਨਹੀਂ ਹੋਊਗਾ ਔਰ ਜਿਹੜਾ ਸਿਹਤ ਸਿੱਖਿਆ ਰੋਜ਼ਗਾਰ ਆ ਸਾਨੂੰ ਫਰੀਦੀਆਂ ਸੁਲਤਾਨੀ ਚਾਹੀਦੀਆਂ ਮੈਂ ਫਿਰ ਤੋਂ ਹੱਥ ਜੋੜ ਕੇ ਕਹਿ ਰਿਹਾ ਸਾਡੇ ਜਿਹੜੇ ਲੋਕ ਆ ਪਹਿਲਾ ਪਏ ਸੀ ਆਮ ਪਾਰਟੀ ਦੇ ਮਗਰ ਝਾੜੂ ਨੂੰ ਵੋਟਾਂ ਪਾਵਾਂਗੇ ਝਾੜੂ ਨੂੰ ਪਾਲਕੀ ਬੀਬੀ ਝਾੜੂ ਨੂੰ ਵੋਟ ਹੁਣ ਝਾੜੂ ਨੂੰ ਪਾ ਕੇ ਹੁਣ ਇੱਥੇ ਜਿਹੜਾ ਦਿਹਾੜੀ ਬੰਦਾ ਜਾਂਦਾ ਮੈਨੂੰ ਕਹੂਗਾ ਵਿਸ਼ਵਦੀਪ ਮੈਂ ਕਿਹਾ ਹਾਂ ਦੱਸ ਆ ਬੀਜੇਪੀ ਤਾਂ ਯਾਰ ਲੈ ਕੇ ਬਹਿ ਗਈ ਜਿਹੜਾ ਬੰਦਾ ਦਿਹਾੜੀ ਜਾਂਦਾ ਨਾ ਮੈਨੂੰ ਉਹ ਕਹਿ ਰਿਹਾ ਜਿਹੜਾ ਬੰਦਾ ਦਿਹਾੜੀ ਜਾਂਦਾ ਮੈਨੂੰ ਉਹ ਕਹਿ ਰਿਹਾ ਕਿ ਇਹ ਤਾਂ ਆ ਜਿਹੜੇ ਝਾੜੂ ਵਾਲੇ ਆ ਨਾ ਉਹ ਤਾਂ ਲੈ ਕੇ ਬਹਿ ਗਏ ਮੈਂ ਆਖਿਆ ਝਾੜੂ ਵਾਲੇ ਲੈ ਕੇ ਬਹਿ ਕੇ ਜਦੋਂ ਕਹਿੰਦੇ ਝਾੜੂ ਨੂੰ ਵੋਟਾਂ ਪਾਵਾਂਗੇ ਮੂੰਹ ਚੋਂ ਬੀਜੇਪੀ ਨਿਕਲ ਗਿਆ ਸੀ ਬੋਲੀ ਉੱਥੇ ਜਾਂਦੇ ਸੀ ਹੁਣ ਜਦੋਂ ਕਹਿੰਦੇ ਆ ਵੀ ਝਾੜੂ ਨੂੰ ਵੋਟਾਂ ਪਾਵਾਂਗੇ ਝਾੜੂ ਨੂੰ ਵੋਟ ਪਾ ਕੇ ਆਖੇ ਝਾੜੂ ਸਾਨੂੰ ਲੈ ਕੇ ਬਹਿ ਗਿਆ ਮੈਂ ਕਹਿਣਾ ਉਹਨਾ ਕੋਈ ਵਪਾਰੀ ਮੈਨੂੰ ਆਖੇ ਕੋਈ ਹੋਰ ਬਿਜ਼ਨਸਮੈਨ ਆਖੇ ਜਿਹੜਾ ਬੰਦਾ ਦਿਹਾੜੀ ਜਾਂਦਾ ਸੀ ਉਹ ਕੋਈ ਸੋਨੇ ਦਾ ਵਪਾਰ ਕਰਦਾ ਸੀ ਪਹਿਲਾਂ ਕਾਂਗਰਸ ਦੇ ਵਿੱਚ ਜਦੋਂ ਕਾਂਗਰਸ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇਹਨਾਂ ਨੇ ਕਾਂਗਰਸ ਬਣਾਤੀ ਲੋਕਾਂ ਨੇ ਸਾਰੇ ਲੋਕਾਂ ਨੂੰ ਕਹਿ ਰਹੇ ਹੁਣ ਇੱਥੇ ਸਾਰੇ ਗਰੀਬ ਅਮੀਰ ਸਾਰਿਆਂ ਨੂੰ ਮੰਗ ਕੀ ਉਹ ਕਹਿੰਦੇ ਜੀ ਘਰ ਘਰ ਨੌਕਰੀ ਦੇਵਾਂਗੇ ਇੱਕ ਤੁਹਾਨੂੰ ਟੈਲੀਫੋਨ ਤੇ ਫੋਨ ਦੇਵਾਂਗੇ ਮਤਲਬ ਘਰ ਇੱਕ ਹਰ ਇੱਕ ਮੈਂ ਭਰਾ ਨੂੰ ਫੋਨ ਦੇਵਾਂਗਾ ਨੌਕਰੀ ਦੇਵਾਂਗਾ ਲੋਕਾਂ ਨੇ ਦੇ ਵੋਟਾਂ ਤੇ ਵੋਟ ਦੇ ਵੋਟਾਂ ਤੇ ਵੋਟ ਫਿਰ ਕਹਿੰਦੇ 2500 ਰੁਪਇਆ ਭੱਤਾ ਵੀ ਦੇਵਾਂਗੇ ਇਹਨਾਂ ਨੇ 17 ਚ ਲਿਆ ਕੇ ਕਾਂਗਰਸ ਬਣਾਤੀ ਫਿਰ ਕਹਿਣ ਲੱਗੇ ਕਾਂਗਰਸ ਲੈ ਕੇ ਬੈਗੀ ਅਕਾਲੀ ਚੰਗੇ ਸੀ ਗੱਲ ਤਾਂ ਨਹੀਂ ਕਰਿਆ ਕੁਝ ਹੁਣ ਜਦੋਂ ਝਾੜੂ ਵਾਲੇ ਆ ਕੇ ਹੁਣ ਕਹਿੰਦੇ ਕਾਂਗਰਸ ਚੰਗੀ ਸੀ ਝਾੜੂ ਵਾਲੇ ਲੈ ਕੇ ਬਹਿ ਗਏ ਆ ਵਾਸ ਪਾਸ਼ਾ ਜੀ ਹੁਣ ਇਹ ਲੋਕ ਕਰ ਰਿਹਾ ਕਿ ਬੀਜੇਪੀ ਨੂੰ ਲਿਆਵਾਂਗੇ ਫੁੱਲ ਨੂੰ ਵੋਟਾਂ ਪਾਵਾਂਗੇ ਫਿਰ ਬਹਿ ਜਾ ਬਹਿ ਜਾ ਕਰਾਵਾਂਗੇ ਕਾਰਨ ਕੀ ਅਗੇ ਪਤਾ ਤਾਂ ਹੈ ਨਹੀਂ ਕੁਝ ਲੈਰ ਤੁਹਾਨੂੰ ਫ੍ਰੀ ਮਿਲੇ ਆ ਪੰਜਾਬ ਦੇ ਲੋਕੋ ਲੈ ਤਾਂ ਤੁਹਾਨੂੰ ਫ੍ਰੀ ਮਿਲੇ 300 600 ਯੂਨਟ ਦੋ ਮਹੀਨਿਆਂ ਦੀ ਤੁਹਾਨੂੰ ਫ੍ਰੀ ਮਿਲੇ ਤੁਹਾਡਾ ਪੁੱਤ ਪੜ੍ਹਿਆ ਲਿਖਿਆ ਆਈਟੀਆਈ ਕੀਤੀ ਆ ਸਾਡੇ ਮੁੰਡਾ ਜਈ ਨਹੀਂ ਲੱਗਦਾ ਤੇ ਜਈ ਕਾਰੇ ਚ ਲੱਗ ਜਾ ਛਣਕਨੇ ਚ ਜਿਹੜਾ ਜਵਾਕਾਂ ਦਾ ਖੜਾਉਣ ਵਾਲਾ ਹੁੰਦਾ ਉਹ ਛਣ-ਛਣ ਜੀ ਕਰਦਾ ਛਣਕਨੇ ਚ ਲੱਗ ਜਾ ਉਹ ਤੁਹਾਡਾ ਮੁੰਡਾ ਜਈ ਉਹ ਮਾਂ ਤੂੰ ਦੱਸ ਮੈਨੂੰ ਤੇਰਾ ਮੁੰਡਾ ਜਈ ਕਿਵੇਂ ਲੱਗ ਜੇ ਜਾ ਤਾ 300 600 ਯੂਨਟ 2 ਮਹੀਨਿਆਂ ਦੀ ਲੈਣੀ ਬੰਦ ਕਰ ਦੇ 1.5 ਰੁਪਿਆ ਯੂਨਟ ਦਾ ਹੋ ਜਾਏ ਚਾਹੇ ਉਹ ਐਸ்சி ਬੀਸੀ ਜਰਨਲ ਸਾਰੇ ਪਰਨ ਪਰ ਸਾਰੇ ਕੋਲੇ ਰੁਜ਼ਗਾਰ ਹੋਣਾ ਚਾਹੀਦਾ ਬਿੱਲ ਭਰਨਾਸਤੇ ਪੈਸਾ ਹੋਣਾ ਚਾਹੀਦਾ ਤੁਹਾਨੂੰ ਤੁਹਾਡਾ ਮੁੰਡਾ ਜਈ ਵੀ ਚਾਹੀਦਾ ਤੇ ਨਾਲੋਂ ਤੁਹਾਨੂੰ ਬਿਜਲੀ ਫਰੀ ਵੀ ਚਾਹੀਦੀ ਆ ਹੋਰ ਸੁਣੋ ਪੰਜਾਬ ਦੇ ਲੋਕੋ ਪਾਰਟੀਆਂ ਦਾ ਘੱਟ ਤੇ ਆਪਣਾ ਕਸੂਰ ਜ਼ਿਆਦਾ ਆ ਬੀਜਪੀ ਵਾਲਾ ਗੁੱਸਾ ਨਾ ਕਰੋ ਜੇ ਗੱਲ ਮੈਂ ਹੈਗਾ ਬੰਦਾ ਖਰਾ ਖੋਟਾ ਭਰਾਵਾ ਤੁਹਾਨੂੰ ਸਹੀ ਦੱਸਾਂ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਆ ਰਾਜੇ ਆ ਤੁਸੀਂ ਮਹਾਰਾਜੇ ਆ ਸੁਲਤਾਨ ਸਾਹਿਬ ਅਸੀਂ ਕਹਿ ਸਕਦੇ ਆ ਤੁਹਾਡੀ ਬੜੇ ਤੁਸੀਂ ਮਹਾਰਾਜੇ ਤਗੜੇ ਆ ਇਸ ਵਕਤ ਤਾਂ ਪਰ ਸਚਾਈ ਕਹਿ ਰਿਹਾ ਮੈਂ ਹੁਣ ਇੱਥੇ ਬੀਬੀ ਕਹਿ ਰਹੀ ਆ ਕਿ ਸਾਡਾ ਮੁੰਡਾ ਕਨੈਕਟਰ ਵੀ ਹੋਵੇ ਸਿੱਧੀ ਮਾਰੇ ਚਲ ਮਿੰਤਾ ਮਾਰਨੀ ਨਹੀਂ ਆਉਂਦੀ ਸਾਡਾ ਮੁੰਡਾ ਰੋਡ ਵਿੱਚ ਡਰਾਈਵਰ ਵੀ ਹੋਵੇ ਤੇ ਆ ਬਸਰੀ ਖਰੀ ਮੇਰੇ ਪਿੱਛੇ ਹੁਣ ਉਹ ਬੀਬੀ ਆਂਦੀ ਆ ਵੀ ਸਾਡਾ ਮੁੰਡਾ ਖੇ ਰੋਡ ਵਿੱਚ ਡਰਾਈਵਰ ਵੀ ਹੋਵੇ ਸੀਟੀ ਵੀ ਮਾਰੇ ਤੇ ਜਦੋਂ ਮੈਂ ਜਾਂਦੀ ਉਹ ਧਾਰ卡ਡ ਮੇਰੇ ਕੋਲੇ ਆਵੇ ਤੇ ਨਾਲ ਕੀ ਕਵੇ ਹਾ ਵੀਰਾ ਧਾਰ卡ਡ ਟਿਕ ਟਿਕ ਕਟ ਨਹੀਂ ਕੱਟ ਮੈਂ ਪੈਸੇ ਨਹੀਂ ਦੇਣੇ ਵਾਹ ਕਿਆ ਪੰਜਾਬ ਦੇ ਲੋਕੋ ਮੇਰੇ ਦੇਸ਼ ਦੇ ਲੋਕੋ ਤੁਹਾਡੀ ਜ਼ਿੰਦਗੀ ਆ ਇੱਥੇ ਇਸ ਪੰਜਾਬ ਦੇ ਵਿੱਚ ਇਸ ਦੇਸ਼ ਦੇ ਵਿੱਚ 80 ਤੋਂ ਇੱਥੇ 40 ਹਜ਼ਾਰ ਤੋਂ ਲੈ ਕੇ 80 ਹਜ਼ਾਰ ਤੱਕਲੇ ਵਿਅਕਤੀ ਤਨਖਾਹਾਂ ਲੈਣ ਵਾਲੇ ਕੀ ਕਹਿ ਰਹੇ ਆ ਸਾਨੂੰ ਆਖੇ ਬਿੱਲ ਆ ਗਿਆ ਬਿੱਲ ਕਿੰਨਾ ਆ ਗਿਆ 4000 ਰੁਪਿਆ ਆਖੇ ਵੇਖੋ ਜੀ ਬਿੱਲ ਤਾਂ माफ ਹੋਏ ਨਹੀਂ ਮੈਨੂੰ ਤੂੰ ਦੱਸ ਪੰਜਾਬ ਦੇ ਵਿਅਕਤੀ ਮੈਨੂੰ ਮੇਰੇ ਵੀਰ ਗੱਲ ਤਾਂ ਸੁਣ ਇੱਧਰ ਧਿਆਨ ਤਾਂ ਮਾਰ ਯਾਰ ਕਿੱਧਰ ਚੱਲਿਆ ਗੱਲ ਸੁਣੋ ਮੇਰੀ ਪਾਰਟੀਆਂ ਨੂੰ ਛੱਡ ਤੂੰ ਗੱਲ ਅਸਲ ਤੇ ਆਪਦੀ ਤੇ ਆ ਹੁਣ 4000 ਰੁਪਿਆ ਬਿੱਲ ਆ ਗਿਆ ਤੇ 80000 ਰੁਪਿਆ ਤਨਖਾ 80000 ਚੋਂ 4000 ਰੁਪਿਆ ਬਿਜਲੀ ਬਿੱਲ ਨਹੀਂ ਭਰ ਸਕਦਾ ਥੂ ਤੇਰੀ ਜ਼ਿੰਦਗੀ ਤੇ ਗੁੱਸਾ ਨਾ ਕਰੀ ਸਚਾਈ ਆ ਯਾਦ ਰੱਖ ਗੱਲ ਨੂੰ ਝੂਠਤਾ ਨਹੀਂ ਬੋਲ ਰਿਹਾ ਮੈਂ ਕੁਝ ਇੱਥੇ 40000 ਰੁਪਿਆ ਤਨਖਾਹ ਵੇ 4000 ਰੁਪਿਆ ਬਿਜਲੀ ਬਿੱਲ ਭਰਨਾ ਕੋਈ ਬਾਹਾ ਨਹੀਂ ਗਾ ਯਾਦ ਰੱਖੋ ਗੱਲ ਇਹ ਸਾਡੇ ਇਹ ਜ਼ਿੰਦਗੀ ਸਾਡਾ ਕਰਦਾਰ ਹੋ ਰਿਹਾ ਤੇ ਆਪਾਂ ਕਸੂਰ ਕੱਢੀਆ ਨੇ ਪਾਰਟੀਆਂ ਲਾਲਚਾਂ ਨੂੰ ਵੋਟਾਂ ਆਪਾਂ ਪਾਈ ਜਾਂਦੇ ਆ ਕੀ ਹੋਕੀ ਰਿਆ ਕਦੇ ਤੁਸੀਂ ਸਾਰੇ ਪਾਰਟੀਆਂ ਨੂੰ ਸਵਾਲ ਕੀਤੇ ਆ ਕਿ ਭਾਈ ਸਾਹਿਬ ਸਾਡੇ ਅਜੇ 75 76 ਸਾਲ ਹੋ ਗਏ ਆ ਦੇਸ਼ ਯਾਦ ਹੋਏ ਨੂੰ ਸਾਨੂੰ ਸਿਹਤ ਸਿੱਖਿਆ ਰੁਜ਼ਗਾਰ ਫ੍ਰੀ ਕਿਉਂ ਨਹੀਂ ਮਿਲ ਰਿਹਾ ਦੇਸ਼ ਇਹ ਲੋਕਤੰਤਰ ਆ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਇੱਥੇ ਡੀਸੀ ਨੂੰ ਸਲੂਟ ਵਜਦੇ ਆ ਜਿਹੜਾ ਕੁਰਸੀ ਤੇ ਬੈਠਾ ਉਹਨੂੰ ਸਲੂਟ ਵਜਦੇ ਆ ਜਿਹੜਾ ਬੰਦਾ ਮਜ਼ਦੂਰੀ ਕਰ ਰਿਹਾ ਉਹਨੂੰ ਗੁੱਸੇ 'ਚ ਗਾਲ੍ਹਾਂ ਵਜਦੀਆਂ ਚੱਕਰ ਕੀ ਆ ਇੱਥੇ ਸਟਾਰ ਵਾਲੇ ਨੂੰ ਸਲੂਟ ਕਿਉਂ ਵੱਜ ਰਹੇ ਆ? ਇੱਥੇ ਆਉਧੇਦਾਰੀਆਂ ਵਾਲੇ ਨੂੰ ਸਲਾਮ ਕਿਉਂ ਹੋ ਰਹੇ ਆ? ਤੁਹਾਡੀਆਂ ਗਲਤੀਆਂ ਪਛਾਨੋ। ਯਾਦ ਰੱਖੋ ਸਿਮਰਜੀਤ ਸਿੰਘ ਬੈਂਸ ਜੀ, ਸਿਮਰਜੀਤ ਸਿੰਘ ਬੈਂਸ ਜੀ। ਤੁਸੀਂ ਸਿਰਫ ਤੇ ਸਿਰਫ ਆਉਧਿਆਂ ਚ ਆ ਕੇ ਤੁਹਾਨੂੰ ਪਤਾ ਨਹੀਂ ਦੇਸ਼ ਕਿਵੇਂ ਚੱਲਣਾ। ਜੇਕਰ ਸਾਡੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਨੇਤਾ ਨੂੰ ਪਤਾ ਹੁੰਦਾ ਦੇਸ਼ ਕਿਵੇਂ ਚੱਲਣਾ ਸੀ ਤਾਂ ਬਿਜ਼ਨਸ ਮੈਨਾਂ ਨੇ ਤੁਹਾਡੇ ਤੇ ਰਾਜ ਨਹੀਂ ਕਰਨਾ ਸੀ। ਰਾਜ ਨਹੀਂ ਕਰਨਾ ਸੀ ਕੋ ਝੂੜਤਾ ਨਹੀਂ ਕਹਿ ਰਿਆ ਬੜੇ ਲੋਕ ਆ ਪਾਰਟੀਆਂ ਪਿੱਛੇ ਭੱਜੇ ਫਿਰਦੇ ਆ ਕਮਰੇ ਕੱਚੇ ਥੋੜੇ ਜਿਹੜੇ ਪਾਰਟੀਆਂ ਪਿੱਛੇ ਭੱਜੇ ਫਿਰਦੇ ਤੁਹਾਨੂੰ ਇੱਕ ਡੰਗ ਦੀ ਰੋਟੀ ਖਾਣਿਆ ਦੂਜੇ ਡੰਗ ਦੀ ਪਤਾ ਨਹੀਂ ਤੁਸੀਂ ਕਹਿੰਨੇ ਸਾਡੀ ਮਾਂ ਪਾਰਟੀ ਆ ਮਾਂ ਉਹ ਹੁੰਦੀ ਆ ਬਸ ਜਿ ਬੈਠੀ 100 ਬੰਦੇ ਦੇ ਵਿੱਚ ਆਪਦੀ ਇੱਜ਼ਤ ਨੰਗੀ ਕਰਕੇ ਦੁੱਧ ਪਿਉਂਦੀ ਉਹ ਹੁੰਦੀ ਆ ਮਾਂ ਇੱਜ਼ਤ ਦੀ ਪ੍ਰਵਾਹਨ ਕਰਦੀ ਓਏ ਨੀਲੇ ਮੂੰਹ ਵਾਲਾ ਮੇਰੀ ਗੱਲ ਨਹੀਂ ਸੁਣਦਾ ਤੂੰ ਉਹਂ ਦੀ ਆ ਮਾਂ ਕਿ ਤੁਹਾਨੂੰ ਇਹ ਜਿਹੜੀਆਂ ਪਾਰਟੀਆਂ ਤੁਹਾਨੂੰ ਇਹ ਸੂੜੇ ਦੀ ਰੋਟੀ ਨਹੀਂ ਖਵਾਉਂਦੀਆਂ ਤੇ ਤੁਸੀਂ ਕਹਿੰਦੇ ਸਾਡੀ ਮਾਂ ਪਾਰਟੀ ਹੈ ਭਾਈ ਸਾਹਿਬ ਮਾਂ ਮਾਂ ਹੀ ਹੁੰਦੀ ਹੈ ਪਾਰਟੀ ਮਾਂ ਨਹੀਂ ਹੁੰਦੀ ਯਾਦ ਰੱਖਿਆ ਜੀ ਗੱਲ ਜੇਕਰ ਸਾਡੀਆਂ ਮਾਂ ਪਾਰਟੀਆਂ ਹੀ ਹੁੰਦੀਆਂ ਤੇ ਸਾਡੇ ਬੱਚਿਆਂ ਨੇ ਸੱਤ ਸਮੁੰਦਰੋਂ ਪਾਰ ਨਹੀਂ ਜਾਣਾ ਸੀ ਸਾਡੇ ਬੱਚਿਆਂ ਨੇ ਨਸ਼ਿਆਂ ਦੇ ਨਾਲ ਉਹਨਾਂ ਦੀਆਂ ਮੌਤਾਂ ਨਹੀਂ ਹੋਣੀਆਂ ਸੀ ਤੇ ਆ ਜਿਹੜੇ ਐਕਟਰ ਨਸ਼ਾ ਪ੍ਰਮੋਟ ਕਰਦੇ ਐ ਬਾਹਰ ਨਹੀਂ ਹੋਣੇ ਸੀ ਅੰਦਰ ਹੋਣੇ ਸੀ ਸਨ ਇੱਥੇ ਕਈ ਬੰਦੇ ਇੱਥੇ ਬੋਤਲਾਂ ਨਹੀਂ ਮਸ਼ਹੂਰੀਆਂ ਦੇ ਹੀ ਜਾਂਦੇ ਕੋਈ ਸਿੱਕਟਾ ਪੀਪੀ ਵਿਖਾਈ ਜਾਂਦਾ ਸਾਨੂੰ ਅਸੀਂ ਜਾਈਏ ਕਿੱਧਰ ਨੂੰ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਕੁਝ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸੱਜਣਾ ਦੇ ਦਿਮਾਗ 'ਚ ਨਹੀਂ ਆ ਵੀ ਅੱਜ ਯਾਰ ਇਹ ਕਿੱਥੇ ਖੜ ਕੇ ਬਣਾ ਬੋਲ ਰਿਹਾ ਮੈਂ ਦੱਸ ਦਿੰਦਾ ਪਿੰਡ ਮੇਰੇ ਵਿਆਹ ਸੀ ਭਰਾਵੋ ਡੀਜ ਡੁਰ ਡੁਰ ਚੱਲੀ ਜਾਂਦੇ ਸੀ ਤੇ ਗਲਤ ਮੈਂ ਕਰ ਨਹੀਂ ਸ਼ਮਸ਼ਾਨ ਘਾੜਤੀ ਫਿਰ ਇਹਦਾ ਪੈਟਰੋਲ ਪੰਪ ਵਾਲਿਆਂ ਦੀ ਮਿੰਤ ਕੀਤੀ ਮੈਂ ਕਿਹਾ ਮੈਨੂੰ ਉਹਲੇ ਜੋ ਕਿਉ ਕਰਨ ਦਿਓ ਆ ਬੱਸ ਉਹਲੇ ਤਾਂ ਖੜਾ ਇੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ